ਭਾਜੀ ਜਿਵੇਂ ਨਾ ਮੇਰਾ ਭਤੀਜਾ ਹੈ ਉਹਦੇ ਨਾ 2 modules 'ਚ 5.5 ਆ ਗਏ ਸੀਗੇ ਅਤੇ ਅਸੀਂ ਸਰਕਾਰੀ ਵਕੀਲ ਕੈਨੇਡਾ ਕਾਲ ਕਰੀ ਸੀ ਉਹਨਾਂ ਨੂੰ ਅਤੇ ਉਹਨਾਂ ਨੂੰ ਪੁੱਛਿਆ ਅਤੇ ਉਹ ਕਹਿੰਦੇ ਮੈਂ ਲਿਖ ਕੇ ਦੇਣ ਨੂੰ ਤਿਆਰ ਹੈ 100% ਇਸ ਬੱਚੇ ਦਾ ਵੀਜ਼ਾ ਨਹੀਂ ਆ ਸਕਦਾ ਅਤੇ ਕੀ ਪੋਸੀਬਿਲਿਟੀ ਹੈਗੀ ਹੈ ਕਿ ਜਿਵੇਂ ਤੁਹਾਡੀ ਵੀਡੀਓ 'ਚ ਦੇਖਦੇ ਹਾਂ ਕਿ 5.5 'ਤੇ ਵੀ ਲੈ ਦਾਂਗੇ ਕੀ ਪੋਸੀਬਿਲਿਟੀ ਹੈਗੀ ਕਿ 5.5 'ਚ ਮੇਰੇ ਭਤੀਜੇ ਦਾ ਵੀਜ਼ਾ 'ਚ? ਸੋ ਦੇਖੋ ਜੀ, ਜਾਂ ਤਾਂ ਉਸ ਵਕੀਲ ਨੇ ਪੁਰਾਣੀਆਂ ਫਾਈਲਾਂ ਲਾਈਆਂ, ਨਵੀਂ ਉਹਨੂੰ ਪਤਾ ਹੀ ਨਹੀਂ ਰੂਲ ਕੀ ਇੰਪਲੀਮੈਂਟ ਹੋਏ ਆ, ਉਹ ਆਪਦੀ ਪੁਰਾਣੀ ਜ਼ਿੰਦਗੀ 'ਚ ਹੀ ਜੀ ਰਿਹਾ ਜਦੋਂ 6 ਇੰਚ ਹੁੰਦੇ ਸੀਗੇ। 10 ਅਗਸਤ ਨੂੰ ਰੂਲ ਇੰਪਲੀਮੈਂਟ ਹੁੰਦਾ ਜੀ 2023 ਦੇ ਵਿੱਚ ਕਿ 6 ਇੰਚ ਤੋਂ ਘਟਾ ਕੇ ਰਿਕੁਆਇਰਮੈਂਟ 6 ਓਵਰਆਲ ਹੋ ਗਈ ਅਤੇ 60 PT ਹੋ ਗਿਆ। ਸੋ ਮੈਟਰ ਨਹੀਂ ਕਰਦਾ ਤੁਹਾਡੇ 2 'ਚ 5.5 ਆ, 3 'ਚ 5.5 ਆ, ਜਾਂ ਕਿਸੇ 'ਚ 5 ਆ, 4.5 ਆ, ਜਾਂ 4 ਆ। ਸੋ ਬਹੁਤ ਸਾਰੇ, ਅਗਰ ਪ੍ਰੀਵੀਅਸ ਟਾਈਮ ਦੀ ਆਪਾਂ ਗੱਲ ਕਰੀਏ 10 ਅਗਸਤ ਤੋਂ ਲੈ ਕੇ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਵੀਜ਼ਾ ਲਵਾ ਚੁੱਕੇ ਹਾਂ ਜੀ। ਕਿਸੇ ਦੇ 2 'ਚ 5.5 ਸੀ, ਕਿਸੇ ਦੇ 3 'ਚ 5.5 ਸੀ, ਕਿਸੇ ਦੇ ਕਿਸੇ ਮੋਡਿਊਲ 'ਚ 4 ਸੀਗੇ ਜਾਂ 3.5 ਬੈਂਡ ਸੀ। ਵੱਡੇ ਪੱਧਰ ਦੇ ਉੱਤੇ ਵੀਜ਼ਾ ਹਾਸਲ ਕੀਤੇ ਆ। ਸੋ ਉਹ ਚੀਜ਼ ਤੁਸੀਂ ਦੇਖ ਸਕਦੇ ਹੋ। ਰਹੀ ਗੱਲ, ਬਹੁਤ ਸਾਰੇ ਐਪਲੀਕੈਂਟ ਇੱਦਾਂ ਦੇ ਆ ਕਿ ਸਟਿਲ ਟਰੱਸਟ ਨਹੀਂ ਕਰਦੇ, ਨਾ ਕੋਈ ਸਾਨੂੰ ਐਪਲੀਕੇਸ਼ਨ ਫੀਸ ਦੇਣੀ ਹੈ, ਨਾ ਪ੍ਰੋਸੈਸਿੰਗ ਫੀਸ ਦੇਣੀ ਹੈ, ਨਾ ਕਾਲਜ ਫੀਸ, ਨਾ GIC ਅਤੇ ਨਾ ਹੀ ਐਮਬੈਸੀ ਫੀਸ। ਨਿੱਕਾ ਪੈਸਾ ਦੇਣ ਤੋਂ ਬਿਨਾਂ ਤੁਸੀਂ ਆਪਦਾ ਵੀਜ਼ਾ ਲੈ ਸਕਦੇ ਹੋ। ਪੈਸੇ ਉੱਦਣ ਦੇਣੇ ਜਿੱਦਣ ਵੀਜ਼ਾ ਗ੍ਰਾਂਟ ਹੋ। ਸੋ ਮੈਟਰ ਨਹੀਂ ਕਰਦਾ ਇੱਦਾਂ ਦੀ ਪ੍ਰੋਫਾਈਲ ਹੈ, ਚਾਹੇ ਤੁਹਾਡੀ ਪੜ੍ਹਾਈ ਦੇ ਵਿੱਚ ਇਹ ਵੀ ਗੈਪ ਪੈ ਚੁੱਕਾ, ਜਾਂ ਕੈਨੇਡਾ ਤੋਂ ਮਲਟੀਪਲ ਟਾਈਮ ਰਿਫਿਊਜ਼ ਹੋ, ਨਵੰਬਰ ਇਨਟੇਕ ਲੈ ਸਕਦੇ ਹੋ, ਜਨਵਰੀ ਇਨਟੇਕ ਲੈ ਸਕਦੇ ਹੋ, ਸਿਰਫ ਹਫ਼ਤੇ 'ਚ ਆਪਣੀ ਫਾਈਲ ਨੂੰ ਐਮਬੈਸੀ 'ਚ ਪਾ ਕੇ ਆਪਦਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਅਤੇ ਐਸੇ ਜਿਹੜੇ ਲੋਇਰ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਕੋਲੋਂ ਬਚੋ ਜਿਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੈਗੀ ਅਤੇ ਨੌਲੇਜ ਨਹੀਂ।